ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ। ਅੱਜ ਮੈਂ ਸੋਚਦਾ ਸੀ ਕਿ ਤੁਹਾਡੇ ਨਾਲ ਇੱਕ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਾਂ ਜਿਹੜੀ ਮੈਨੂੰ ਲੱਗਦਾ ਕਿ ਸ਼ਾਇਦ ਮੇਰੀ ਵੀਡੀਓ ਦੇਖ ਕੇ ਕਿਸੇ ਨੂੰ ਕੋਈ ਫਾਇਦਾ ਹੋ ਸਕੇ। ਹੈ ਨਾ, ਇਨਫੋਰਮੇਸ਼ਨ ਇਹ ਹੈ ਕਿ ਜੀ ਮੈਂ ਹੈਗਾ ਜੀ ਇਸ ਟਾਈਮ ਯੂਰਪ ਦੇ ਵਿੱਚ, ਅਤੇ ਤੁਸੀਂ ਦੇਖ ਸਕਦੇ ਹਾਂ ਮੇਰੇ ਆਲੇ ਦੁਆਲੇ ਯੂਰਪ ਦਾ ਇੱਕ ਰੋਡ ਆ ਜਿੱਥੇ ਦੇਖੋ ਦਰਖਤ ਹੀ ਦਰਖਤ ਹੈ। ਕਿੰਨੀ ਸੋਹਣੀ ਲੋਕੇਸ਼ਨ ਆ। ਅਤੇ ਇਨਫੋਰਮੇਸ਼ਨ ਇਹ ਸੀ ਕਿ ਤੁਸੀਂ ਸ਼ੈਨਗਨ ਵੀਜ਼ਾ ਆਪ ਕਿੱਦਾਂ ਲੈ ਸਕਦੇ ਹੋ। ਹੈ ਨਾ, ਕਿਉਂਕਿ ਅੱਜ ਦੇ ਟਾਈਮ ਵੀ ਜਿਹੜੇ ਪੰਜਾਬ ਦੇ ਏਜੰਟ ਆ ਪੰਜਾਬ ਦੇ ਵਿੱਚ ਸ਼ੈਨਗਨ ਵੀਜ਼ੇ ਦਾ ਜਿਹੜਾ ਰੇਟ ਆ ਉਹ 14-15 ਲੱਖ ਰੁਪਈਆ ਤੱਕ ਵੀ ਪਹੁੰਚ ਗਿਆ। 14-15 ਲੱਖ ਵੀ ਰੁਪਈਆ ਲੈ ਕੇ ਵੀ ਦੇ ਕੇ ਵੀ ਸੋਰੀ ਮਤਲਬ ਲੋਕ ਯੂਰਪ ਤੱਕ 'ਚ ਪਹੁੰਚਦੇ ਆ। ਹੈ ਨਾ, ਫਿਰ ਆ ਕੇ ਯੂਰਪ ਦੇ ਵਿੱਚ ਸਭ ਤੋਂ ਜ਼ਿਆਦਾ ਦੋ ਜਿਹੜੀਆਂ ਮੋਸਟ ਪੰਜਾਬੀਆਂ ਲਈ ਫੇਮਸ ਜਿਹੜੀਆਂ ਕੰਟਰੀਆਂ ਆ ਉੱਥੇ ਜਾ ਕੇ ਰਹਿੰਦੇ ਆ, ਕੰਮ ਕਰਦੇ ਆ ਇਲੀਗਲ ਤਰੀਕੇ ਨਾਲ। ਜਿਹੜੀ ਇੱਕ ਹੈਗੀ ਸਪੇਨ ਅਤੇ ਦੂਜੀ ਹੈਗੀ ਆ ਪੁਰਤਗਾਲ। ਹੈ ਨਾ, ਅਤੇ ਮੇਨ ਸੀ ਕਿ ਜੇ ਤੁਸੀਂ ਸ਼ੈਨਗਨ ਵੀਜ਼ਾ ਜੇ ਤੁਹਾਡੇ ਕੋਲ ਕੁਛ ਕੁ ਡਾਕੂਮੈਂਟ ਹੈਗੇ ਆ ਤਾਂ ਤੁਸੀਂ ਆਪ ਵੀ ਲੈ ਸਕਦੇ ਹਾਂ ਬੜੀ ਆਸਾਨੀ ਦੇ ਨਾਲ। ਹਾਂ, ਤੁਹਾਡੇ ਕੋਲ ਇੱਕ ਤਾਂ ਜੀ ਇਨਕਮ ਟੈਕਸ ਰਿਟਰਨ ਹੋਣੀਆਂ ਚਾਹੀਦੀਆਂ, ਬਹੁਤ ਜ਼ਰੂਰੀ। ਠੀਕ ਆ ਜੀ, ਤੁਸੀਂ ਕੋਈ ਕੰਮ ਕਰਦੇ ਹੋਵੋ ਉਹਦੀਆਂ ਇਨਕਮ ਟੈਕਸ ਰਿਟਰਨ ਚਾਹੀਦੀਆਂ ਤੁਹਾਡੇ ਕੋਲ 2-3 ਸਾਲ ਦੀਆਂ। ਤੁਹਾਡੇ ਬੈਂਕ ਦੇ ਵਿੱਚ 6-7 ਲੱਖ ਰੁਪਈਆ ਘੱਟੋ ਘੱਟ ਚਾਹੀਦਾ। ਅਤੇ ਫਿਰ ਤੁਹਾਡੇ ਕੋਲ ਜਿਹੜਾ ਤੁਹਾਡਾ ਪਾਸਪੋਰਟ ਆ ਉਹਦੇ 'ਤੇ ਜੇ ਥੋੜ੍ਹੀ ਬਹੁਤੀ ਕਿਸੇ ਪਹਿਲਾਂ ਹੋਰ ਕਿਸੇ ਕੰਟਰੀ ਦੀ ਤੁਹਾਡੇ ਕੋਲ ਟਰੈਵਲ ਹਿਸਟਰੀ ਹੋਵੇ ਤਾਂ ਥੋੜ੍ਹਾ ਗੁੱਡ ਆ। ਪਰ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਟਰੈਵਲ ਹਿਸਟਰੀ ਹੋਵੇ ਤਾਂ ਹੀ ਵੀਜ਼ਾ ਲੱਗਦਾ। ਜੇ ਟਰੈਵਲ ਹਿਸਟਰੀ ਨਹੀਂ ਹੈਗੀ ਤਾਂ ਵੀਜ਼ਾ ਨਹੀਂ ਲੱਗਦਾ। ਬਸ ਤੁਸੀਂ ਹੋਟਲ ਬੁਕਿੰਗ 'ਤੇ ਵੀਜ਼ਾ ਪਾ ਸਕਦੇ ਆ, ਬਟ ਮੇਨ ਚੀਜ਼ ਆ ਤੁਹਾਡੇ ਕੋਲ ਇਨਕਮ ਟੈਕਸ ਰਿਟਰਨ ਅਤੇ ਤੁਹਾਡੀ ਬੈਂਕ ਦੇ ਵਿੱਚ ਪੈਸੇ ਹੋਣੇ ਬਹੁਤ ਜ਼ਰੂਰੀ ਆ। ਹੁਣ ਜਿਹੜੇ ਪੰਜਾਬੀ ਆਪਣੇ 14-15 ਲੱਖ ਰੁਪਈਆ ਦੇ ਕੇ ਆਉਂਦੇ ਵੀ ਆ ਉਹ ਸਾਰੇ ਉਹ ਆ ਜਿਹੜੇ ਜਿਨ੍ਹਾਂ ਦੀ ਬੈਂਕ 'ਚ ਪੈਸੇ ਨਹੀਂ ਹੁੰਦੇ, ਜਿਨ੍ਹਾਂ ਨੇ ਕਦੇ ਇਨਕਮ ਟੈਕਸ ਰਿਟਰਨ ਨਹੀਂ ਭਰੀ ਹੁੰਦੀ, ਅਤੇ ਉਹ ਸਾਰੇ ਫਿਰ ਮਤਲਬ 14-15 ਲੱਖ ਰੁਪਈਆ ਦੇ ਕੇ ਏਜੰਟਾਂ ਨੂੰ ਫਿਰ ਯੂਰਪ ਦੇ ਵਿੱਚ ਪਹੁੰਚਦੇ ਆ। ਜੇ ਤੁਹਾਡੇ ਕੋਲ ਇਨਕਮ ਟੈਕਸ ਰਿਟਰਨ ਹੋਣ, ਠੀਕ ਆ, 5-6 ਲੱਖ ਦੀਆਂ 5-6 ਲੱਖ ਰੁਪਏ ਸਾਲ ਦੀ ਤੁਸੀਂ ਰਿਟਰਨ ਭਰਦੇ ਹੋਵੋ ਅਤੇ ਕੋਈ ਤੁਹਾਡਾ ਕੰਮ ਹੋਵੇ ਆਪਣਾ, ਤਾਂ ਤੁਹਾਨੂੰ ਹੋਟਲ ਬੁਕਿੰਗ 'ਤੇ ਟਰਾਈ ਕਰਨਾ ਚਾਹੀਦਾ। ਕੋਈ ਵੱਡੀ ਗੱਲ ਨਹੀਂ ਆ ਕਿ ਹੋਟਲ ਬੁਕਿੰਗ 'ਤੇ ਵੀਜ਼ਾ ਨਹੀਂ ਮਿਲਦਾ। ਮੈਂ ਤੁਹਾਡੇ ਸਾਹਮਣੇ ਘੁੰਮਦਾ ਪਿਆ ਇੱਥੇ ਹੋਟਲ ਬੁਕਿੰਗ 'ਤੇ, ਅਤੇ ਹੋਟਲ ਕਨਫਰਮ ਹੋਣਾ ਚਾਹੀਦਾ ਕਿ ਡੰਮੀ ਬੁਕਿੰਗ ਕਦੇ ਨਾ ਲਾਓ, ਅਤੇ ਨਾਲ ਆਪਣੀ ਇੰਸ਼ੋਰੈਂਸ ਲਾ ਦਿਓ। ਠੀਕ ਆ, ਟਰੈਵਲ ਇੰਸ਼ੋਰੈਂਸ ਵੀ ਜ਼ਰੂਰ ਲਾਓ ਅਤੇ ਤੁਸੀਂ ਯੂਰਪ 'ਚ ਘੁੰਮ ਸਕਦੇ ਆ ਮੇਰੇ ਵਾਂਗੂ। ਅਤੇ ਯੂਰਪ ਸੱਚੀ ਬਹੁਤ ਸੋਹਣਾ ਆ। ਕਿੰਨੀਆਂ ਕੰਟਰੀਆਂ, 28-29 ਕੰਟਰੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਬਿਨਾਂ ਰੋਕ ਟੋਕ ਘੁੰਮ ਸਕਦੇ ਆ ਅਤੇ ਇੱਥੇ ਦੇ ਵਿਊ ਦਾ ਆਨੰਦ ਮਾਣ ਸਕਦੇ ਆ। ਮੈਨੂੰ ਲੱਗਦਾ ਮੈਂ ਜ਼ਿਆਦਾ ਹੀ ਕੁਛ ਅਗਾਂਹ ਆ ਗਿਆ, ਹੁਣ ਆਪਾਂ ਨੂੰ ਪਿੱਛੇ ਨੂੰ ਜਾਣਾ ਚਾਹੀਦਾ। ਆਹ ਦੇਖੋ ਇੱਕ ਜੰਗਲੀ ਜੰਗਲ ਚਾਰੇ ਪਾਸੇ, ਅਤੇ ਮੈਂ ਪਰਲੇ ਪਾਸੇ ਕੈਮਰਾ ਕਰਦਾ ਤਾਂ ਕਿ ਤੁਸੀਂ ਦੇਖ ਸਕੋ। ਜਿਨ੍ਹਾਂ ਦੇ ਕੋਲ ਇਨਕਮ ਟੈਕਸ ਰਿਟਰਨ ਨਹੀਂ ਹੈਗੀ ਉਹ ਬੰਦੇ ਜਿਹੜੇ ਖੇਤੀਬਾੜੀ ਕਰਦੇ ਆ ਉਹ ਭਰਾ ਆਪਣੇ ਜੇ ਫਾਰਮ ਲਾ ਕੇ ਅਤੇ ਆਪਣਾ ਬੈਂਕ ਬੈਲੈਂਸ ਲਾ ਕੇ ਅਤੇ ਇੱਕ ਰੀਜ਼ਨ ਬਣਾ ਸਕਦੇ ਆ ਕਿ ਅਸੀਂ ਯੂਰਪ ਘੁੰਮਣ ਜਾਣਾ। ਹੈ ਨਾ, 2019 ਦੇ ਵਿੱਚ ਇੰਡੀਆ ਤੋਂ 10 ਮਿਲੀਅਨ ਲੋਕ ਯੂਰਪ ਦੇ ਵਿੱਚ ਘੁੰਮਣ ਆਏ ਸੀਗੇ। ਅਤੇ ਇੱਕ ਜੀ ਇੱਕ ਰਿਕਾਰਡ ਇਹ ਵੀ ਆ ਕਿ ਹਰੇਕ ਸਾਲ ਇੰਡੀਅਨ ਜਿਹੜੇ ਆ ਉਹ 70 ਮਿਲੀਅਨ ਦੇ ਕਰੀਬ ਯੂਰੋ ਅੰਬੈਸੀ ਫੀਸ ਹੀ ਭਰ ਦਿੰਦੇ ਆ ਯੂਰਪ ਦੇ ਵੀਜ਼ੇ ਲਈ। ਆਖਰੀ ਗੱਲ ਇਹੀ ਸੀ ਕਿ ਮੈਨੂੰ ਲੱਗਦਾ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੀ ਫਾਈਲ ਸਟਰੋਂਗ ਹੈਗੀ ਆ ਉਹਨਾਂ ਨੂੰ ਏਜੰਟਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਜਿਨ੍ਹਾਂ ਦੇ ਕੋਲ ਇਹ ਸਾਰੀਆਂ ਚੀਜ਼ਾਂ ਹੈਗੀਆਂ। ਅਤੇ ਜਿਨ੍ਹਾਂ ਦੇ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ, ਕਈ ਸਟੂਡੈਂਟ ਹੁੰਦੇ ਆ ਜਿੱਦਾਂ
ਜਿਹੜੇ 21-22 ਸਾਲ ਦੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਪੈਸੇ ਨਹੀਂ ਹੁੰਦੇ ਆਲਰੇਡੀ ਪੇਰੈਂਟਸ ਹਿਸਾਬ ਦਾ ਹੁੰਦਾ ਸਾਰਾ ਕੋਲ ਹੈ ਨਾ ਉਹਨਾਂ ਦੀ ਤਾਂ ਫਿਜੈਂਟ ਫਾਇਦਾ ਤੁਹਾਨੂੰ ਪਤਾ ਹੀ ਆ ਤਿਆਰ ਕਰੀ ਦਿੰਦੇ ਆ ਝੂਠੀ ਸੱਚੀ ਅਤੇ ਆਸ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਅਤੇ ਤਦ ਤੱਕ ਲਈ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ।